ਕੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨਿਕੁਰਤ ਮੈਂ ਟੀਵੀ80 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਐਂਡ ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋਅ ਥੈਂਕ ਯੂ ਐਂਡ ਡਾਕਟਰ ਸਾਹਿਬ ਅੱਜ 2 ਜੂਨ 2013 15 ਹਾਰ ਨਾਨਕ ਸ਼ਹੀਦ ਸਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਫੋਨ ਮੈਸੇਜਸ ਟਵਿੱਟਰ ਮੈਸੇਜਸ ਟੈਕਸਟ ਮੈਸ ਤੇ ਸਾਡੀ ਪਹਿਲੀ ਈਮੇਲ ਆਈ ਹੈ ਲੰਡਨ ਯੂਕੇ ਤੋਂ ਬੀਬੀ ਹਰ ਸਿਮਰਨ ਕੌਰ ਪਸਰੀਚਾ ਜੀ ਦੀ ਇਹਨਾਂ ਨੂੰ ਪ੍ਰੋਗਰਾਮ ਸੱਚ-ਸੱਚ ਬਹੁਤ ਚੰਗਾ ਲੱਗਦਾ ਹੈ ਇਹਨਾਂ ਨੇ ਪ੍ਰੋਗਰਾਮ ਦੇ ਅਖੀਰ ਵਿੱਚ ਦਿੱਤੇ ਜਾਂਦੇ ਅੱਜ ਦੇ ਵਿਚਾਰ ਦੀ ਬਹੁਤ ਸਰਾਹਣਾ ਕੀਤੀ ਹੈ ਇਹਨਾਂ ਅਨੁਸਾਰ ਇਸ ਵਿਚਾਰ ਵਿੱਚ ਕੋਲ ਦੁਨੀਆ ਦੀ ਸਿਆਨਪ ਅਤੇ ਗੁਰਮਤ ਦੇ ਮਾਧਿਅਮ ਦਾ ਮੇਲ ਹੁੰਦਾ ਹੈ ਇਹਨਾਂ ਦਾ ਸਵਾਲ ਹੈ ਸੇਕ ਕੌਮ ਵਿੱਚ ਆਈਆਂ ਕਮਜ਼ੋਰੀਆਂ ਜਾਂ ਕਮੀਆਂ ਦੀ ਗੱਲ ਤਾਂ ਸਾਰੇ ਕਰਦੇ ਹਨ ਪਰ ਇਹ ਲੋਕ ਖੁਦ ਅੱਗੇ ਲਾ ਕੇ ਕੌਮ ਲਈ ਕੁਝ ਕਿਉਂ ਨਹੀਂ ਕਰਦੇ ਸਿਰਫ ਗੱਲਾਂ ਨਾਲ ਸੁਧਾਰ ਨਹੀਂ ਹੋ ਸਕਦਾ ਕੁਝ ਕਰਨਾ ਵੀ ਚਾਹੀਦਾ ਹੈ ਹਾਂ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਪੰਜ ਜੀ ਹਰ ਸਿਮਰਨ ਕੌਰ ਪਸਰੀਚਾ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਲੰਡਨ ਤੋਂ ਲਿਖਿਆ ਜੀ ਜੀ ਉਹਨਾਂ ਨੂੰ ਸਾਡਾ ਅੱਜ ਦਾ ਵਿਚਾਰ ਵਾਲਾ ਸੈਗਮੈਂਟ ਬਹੁਤ ਚੰਗਾ ਲੱਗਦਾ ਹੈ ਉਸ ਲਈ ਵੀ ਸ਼ੁਕਰੀਆ ਜੀ ਸਾਡਾ ਯਤਨ ਹੁੰਦਾ ਹੈ ਕਿ ਅਸੀਂ ਜਿਹੜੀ ਕੁੱਲ ਦੁਨੀਆ ਦੇ ਅੱਡ ਅੱਡ ਹਿੱਸਿਆਂ ਦੇ ਵਿੱਚ ਸਮੇਂ-ਸਮੇਂ ਜੀ ਜਿਨ੍ਹਾਂ ਵੀ ਸਿਆਣਿਆਂ ਨੇ ਕੋਈ ਗੱਲ ਕਹੀ ਔਰ ਉਸ ਦਾ ਕਿਉਂਕਿ ਪੰਜਾਬ ਦਾ ਸਾਡਾ ਸੱਭਿਆਚਾਰ ਜਿਸ ਦਾ 5-6000 ਸਾਲ ਪਹਿਲਾਂ ਇੰਡਸ ਵੈਲੀ ਸਭਿਅਤਾ ਦੇ ਨਾਲ ਜਾ ਕੇ ਸੰਬੰਧ ਜੁੜਦਾ ਹੈ ਜੀ ਉਹ ਹਿਊਮਨ ਸੁਸਾਇਟੀ ਜਾਂ ਸਭਿਅਕ ਸਮਾਜ ਦੇ ਉਹਨਾਂ ਹਿੱਸਿਆਂ 'ਚ ਉਹ ਸੀ ਜਿੱਥੇ ਵਿਜ਼ਡਮ ਸਿਆਣਪ ਜੀ ਔਰ ਲੰਬਾ ਵਕਤ ਕਿਉਂਕਿ ਉਹ ਖਿੱਤਾ ਸਾਡਾ ਹਮਲਾਵਰਾਂ ਦੇ ਹਮਲਿਆਂ ਦਾ ਵੀ ਸ਼ਿਕਾਰ ਰਿਹਾ ਜੀ ਫਿਰ ਉਹਦੇ ਵਿੱਚ ਜਿਹੜੀ ਰਸਟਿਕ ਵਿਜ਼ਟਮ ਹੈ ਲੋਕਾਂ ਦੇ ਵਿੱਚ ਆਮ ਬੰਦੇ ਚ ਕਿਰਤੀਆਂ ਕਿਸਾਨਾਂ ਦੀ ਸਿਆਣਪ ਉਹ ਸਾਡੇ ਖਾਣਾ ਚ ਵੀ ਆਈ ਸਾਡੇ ਸ਼ਾਇਰਾਂ ਚ ਵੀ ਆਈ ਜੀ ਤੇ ਗੁਰੂ ਸਾਹਿਬਾਨ ਨੇ ਤਾਂ ਅਧਿਆਤਮ ਔਰ ਬૌਧਿਕ ਇਸ ਸਾਰੇ ਪਧਰਾਂ ਦੀਆਂ ਸਿਖਰਾਂ ਚ ਛੁਈਆਂ ਨੇ ਜੀ ਪਰ ਫਿਰ ਵੀ ਅਸੀਂ ਸਮਝਦੇ ਹਾਂ ਕਿ ਉਹਨਾਂ ਵਿਚਾਰਾਂ ਨੂੰ ਇੱਕ ਦੂਸਰੇ ਦੇ ਨਾਲ ਮਿਲ ਕੇ ਜੀ ਅੱਗੇ ਤੋਰਨ ਦੀ ਗੱਲ ਕਿ ਮੈਂ ਕੱਲ ਇੱਕ ਇਹਨਾਂ ਦਾ ਪਛਮੀ ਪੰਜਾਬ ਲਹਿੰਦੇ ਪੰਜਾਬ ਵਾਲਾ ਵੈਬਸਾਈਟ ਹੈ ਉਹਦੇ ਵਿੱਚ ਮੈਂ ਦੇਖ ਰਿਹਾ ਸੀ এডਿਕੇਸ਼ਨ ਦੇ ਹਵਾਲੇ ਨਾਲ ਜੀ ਕਿ ਜਦੋਂ ਅੰਗਰੇਜ਼ ਉਹਨਾਂ ਨੇ ਪੰਜਾਬ ਟੇਕਓਵਰ ਕੀਤਾ 1859 ਚ ਔਰ ਲਾਹੌਰ ਚ ਉਹਨਾਂ ਨੇ ਆ ਕੇ ਦੇਖਿਆ ਉਹਨਾਂ ਨੇ ਵੈਬਸਾਈਟ ਤੇ ਵੇਰਵਾ ਦਿੱਤਾ ਹੋਇਆ ਜੀ ਕਿ ਉਹ ਹੈਰਾਨ ਹੋ ਗਏ ਵੀ এডਿਕੇਸ਼ਨ ਇੰਨੀ ਜ਼ਿਆਦਾ ਕਿਉਂਕਿ ਅੱਜ ਤੱਕ ਸਾਨੂੰ ਵੀ ਬਹੁਤ ਵਾਰੀ ਇਮਪ੍ਰੈਸ਼ਨ ਹੁੰਦਾ ਹੈ ਕਿ ਉਸ ਪੀਰੀਅਡ ਦੇ ਵਿੱਚ ਵਿਦਿਆ ਜਿਹਾ ਐਜੂਕੇਸ਼ਨ ਦਾ ਪਸਾਰ ਨਹੀਂ ਹੋਇਆ ਹੈ اور انگریزا نے ਆਖੇ شاید এডਿਕੇਸ਼ਨ ਦਿੱਤੀ ਕਿ ਉਹਨਾਂ ਦੇ ਇੱਕ ਅੰਗਰੇਜ਼ ਨੂੰ ਉਹਨਾਂ ਨੇ ਕੋਟ ਕੀਤਾ ਹੋਇਆ ਸੀ ਐਕਸਪਰਟ ਨੂੰ ਕਿ ਇਸ ਖਿੱਤੇ ਦੇ ਵਿੱਚ ਦੁਨੀਆ ਦਾ ਸਭ ਤੋਂ ਜ਼ਿਆਦਾ ਸਿਆਣਾ ਮਨੁੱਖ ਰਹਿੰਦਾ ਹੈ ਜੀ ਔਰ ਇਹਨਾਂ ਦੇ ਵਿੱਚ ਉਹਦੇ ਵਿੱਚ ਬੀਬੀਆਂ ਦੀ এডਿਕੇਸ਼ਨ ਦੇ ਹਵਾਲੇ ਨਾਲ ਬੇਸ਼ੱਕ ਕੋਈ ਟ੍ਰੈਡੀਸ਼ਨਲ ਸਟਾਈਲ ਸੀ ਜੀ ਪਰ ਉਸ ਦੇ ਵਿੱਚ ਜੇ ਪੇਂਟਿੰਗ ਦੀ ਗੱਲ ਹੈ ਕਲਾਕਾਰੀ ਦੀ ਗੱਲ ਹੈ ਕਲਾ ਦੀ ਗੱਲ ਹੈ ਪੜ੍ਹਾਈ ਦੀ ਗੱਲ ਹੈ ਮੈਥਮੈਟਿਕਸ ਦੀ ਗੱਲ ਹੈ ਜੀ ਅਰੂਣਾ ਨੇ ਨੰਬਰ ਦਿੱਤਾ ਹੈ ਕਿ ਲਾਹੌਰ ਦੇ ਵਿੱਚ ਇਸ ਲੈਵਲ ਦੀ ਐਜੂਕੇਸ਼ਨ ਸੀ ਔਰ ਉਹਨਾਂ ਨੇ ਉਹਨੂੰ ਇਹ ਯਕੀਨੀ ਬਣਾਇਆ ਫਿਰ ਅੱਗੋਂ ਐਜੂਕੇਸ਼ਨ ਸਿਸਟਮ ਦੇ ਨਾਲ ਵੀ ਇਹਨਾਂ ਪੜ੍ਹਿਆ ਲਿਖਿਆ ਨੂੰ ਅਨਪੜ੍ਹ ਕਿਵੇਂ ਬਣਾਉਣਾ ਔਰ ਜਿਵੇਂ ਫਿਰ ਉਹ ਸਾਰੀ ਅੰਗਰੇਜ਼ੀ ਸਕੂਲ ਬਾਬੂ ਵਧੀਆ ਲਿਖਾਈ ਦੇ ਪੰਜ ਨੰਬਰ ਹਨ ਜੀ ਜੀ ਕਲਰਕ ਬਣਾਉਣੇ ਨੇ ਸੋਹਣਾ ਰਾਈਟ ਅਪ ਦੇਣਾ オリジナル ਥਾਟ ਨੂੰ ਕਿਲ ਕੀਤਾ ਜੀ ਸੋ ਸਾਡਾ ਇਹੀ ਯਤਨ ਹੈ ਕਿ ਇਹ ਜਿਹੜੀ ਵਿਜ਼ਡਮ ਹੈ ਜਿਸ ਨੂੰ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਵਿੱਚ ਉਹ ਸਾਰੀ ਜਦੋਂ ਅਸੀਂ ਭਗਤ ਜਨਾਂ ਦੀ ਬਾਣੀ ਦੀ ਗੱਲ ਕਰਦੇ ਆ ਤਾਂ ਫਿਰ ਸਾਰੀ ਸਾਊਥ ਏਸ਼ੀਆ ਦੇ ਵਿਜ਼ਡਮ ਆ ਜਾਂਦੀ ਹੈ ਜੀ ਜੇ ਭਗਤ ਨਾਮਦੇਵ ਮਹਾਰਾਸ਼ਟਰ ਚ ਨੇ ਜੈਦੇਵ ਬੰਗਾਲ ਦੇ ਵਿੱਚ ਨੇ ਔਰ ਸਾਰੇ ਪਾਸੇ ਉਹ ਸਪਰੈਡ ਆਊਟ ਵਿਜ਼ਡਮ ਹੈ ਜੀ ਜੀ ਸੋ ਸਾਡਾ ਯਤਨ ਹੈ ਕਿ ਅਸੀਂ ਬੈਸਟ ਉਹਦੇ ਚ ਦੇ ਸਕੀਏ ਸੋ ਤੁਹਾਡਾ ਧੰਨਵਾਦ ਭੰਜੀ ਦਾ ਕਿ ਉਹਨਾਂ ਨੂੰ ਚੰਗਾ ਲੱਗਾ ਹੈ ਜੀ ਅ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਇੱਕੋ ਫਿਕਰੇ ਦੇ ਵਿੱਚ ਉਹਨਾਂ ਨੇ ਪਤੇ ਦੀ ਗੱਲ ਕੀਤੀ ਔਰ ਇੱਕ ਕਹਾਣੀ ਬੜੀ ਮਸ਼ਹੂਰ ਹੈ ਕਿ ਇੱਕ ਕਿਸੇ ਚੰਗੇ ਕਲਾਕਾਰ ਨੇ ਔਰ ਜਿਨੇ ਆਪਣਾ ਕੋਈ ਅੱਛੀ ਅੱਛਾ ਸ਼ਾਹਕਾਰ ਬਣਾਇਆ ਉਹਨੇ ਉਹ ਤਸਵੀਰ ਲਾ ਦਿੱਤੀ ਜੀ ਐਗਜ਼ੀਬਿਸ਼ਨ ਦੇ ਉੱਤੇ ਤੇ ਉਹਨੇ ਲਿਖ ਦਿੱਤਾ ਕਿ ਵੀ ਜਾਂ ਕਹਿ ਦਿੱਤਾ ਹੈ ਕਿ ਜਿਹਨੂੰ ਵੀ ਇਹਦੇ ਵਿੱਚ ਨੁਕਸ ਲੱਗੇ ਉਹ ਜ਼ਰੂਰ ਦੱਸੇ ਜੀ ਜਦੋਂ ਸ਼ਾਮ ਨੂੰ ਆ ਕੇ ਉਹਨੇ ਦੇਖਿਆ ਤਾਂ ਉਹਨੇ ਮੱਥਾ ਫੜ ਲਿਆ ਕਿਉਂਕਿ ਸਾਰੇ ਉਹਦੇ ਤੇ ਸਪੌਟ ਲੱਗੇ ਹੋਏ ਸੀ ਸਾਰੇ ਪਾਸੇ ਹਰ ਇੱਕ ਨੇ ਕੋਈ ਨੁਕਸ ਕੱਢਿਆ ਸੀ ਫਿਰ ਉਹਨੇ ਕੋਈ ਆਪਣੀ ਥਰਡ ਕਲਾਸ ਜਿਹੜੀ ਪੇਂਟਿੰਗ ਸੀ ਉਹ ਲਾਈ ਉਨੇ ਕਿਹਾ ਜੀ ਜਿਹੜਾ ਨੁਕਸ ਹੈ ਉਹਨੂੰ ਠੀਕ ਕਰ ਦੇਣਾ ਜੀ ਤੇ ਉਹ ਉਵੇਂ ਹੀ ਖੜੀ ਸੀ ਅਗਲੇ ਦਿਨ ਸੋ ਬਹੁਤ ਵਾਰ ਇਹਨਾਂ ਨੇ ਬਿਲਕੁਲ ਠੀਕ ਹੈ ਵੀ ਅਸੀਂ ਸਾਨੂੰ ਗਲਤੀਆਂ ਨਜ਼ਰ ਆਉਂਦੀਆਂ ਨੇ ਹੈ ਵੀ ਨੇ ਜੀ ਜੀ ਕਮਜ਼ੋਰੀਆਂ ਨੇ ਹੈ ਵੀ ਨੇ ਜੀ ਬਿਲਕੁਲ ਪਰ ਕੋਈ ਵੀ ਜਿਹੜਾ ਇਹਨਾਂ ਨੂੰ ਆਈਡੈਂਟੀਫਾਈ ਕਰਦਾ ਉਹ ਜੇ ਇਹ ਆਪਣੇ ਆਪ ਚ ਧਾਰਨੇ ਕਿ ਵੀ ਮੈਂ ਵੀ ਇਸ ਕੌਮ ਦੇ ਲਈ ਜਿਸ ਕੌਮ ਦਾ ਮੈਂ ਹਿੱਸਾ ਹਾਂ ਕੁਝ ਕੰਟ੍ਰਿਬਿਊਟ ਕਰਨਾ ਕਿਸੇ ਪੱਖੋਂ ਵੀ ਜੀ ਬੌਧਿਕ ਪੱਖ ਤੋਂ ਫਾਈਨੈਂਸ਼ੀਅਲ ਪੱਖ ਤੋਂ ਸਰੀਰਕ ਸੇਵਾ ਦੇ ਪੱਖ ਤੋਂ ਜੀ ਕਿਸੇ ਹੋਰ ਪੱਖ ਤੋਂ ਤੇ ਜੇ ਇਵੇਂ ਦੇ ਡੈਡੀਕੇਟਿਡ ਵੀਰ ਪੈਣਾ ਚਾਰਜ ਫੇਰੇ ਅੱਜ ਕੌਮ ਦੁਨੀਆ ਭਰ ਚ ਬੈਠੀ ਹੋਈ ਹੈ ਜੀ ਥੋੜਾ ਥੋੜਾ ਯਤਨ ਵੀ ਆਰੰਭ ਦੇਣ ਤੇ ਸਮਾਂ ਪਾ ਕੇ ਉਹੀ ਯਤਨ ਸਕਾਰਥਾ ਹੋਏਗਾ ਉਹਨਾਂ ਦੀ ਇੱਕ ਆਪਸੀ ਲੜੀ ਬਣ ਜਾਏਗੀ ਤੇ ਗੱਲ ਅੱਗੇ ਨੂੰ ਤੁਰੇਗੀ ਸੋ ਬਹੁਤ ਵਾਰ ਔਰ ਇਹ ਮੈਂ ਅਕਸਰ ਪ੍ਰੈਜ਼ੀਡੈਂਟ ਕੈਨੇਡੀ ਦੇ ਇਹ ਸ਼ਬਦ ਕੋਟ ਕਰਦਾ ਹੁੰਦਾ ਹੈ ਕਿ ਜਿਹਦੇ ਚ ਉਹਨੇ ਕਿਹਾ ਕਿ ਵੀ ਆਲਵੇਜ਼ ਆਸਕ ਵਟ ਨੇਸ਼ਨ ਇਜ਼ ਡੂਇੰਗ ਫॉर ਅਸ ਵੀ ਨੈਵਰ ਆਸਕ ਵਟ ਵੀ ਆਰ ਡੂਇੰਗ ਫॉर ਦਾ ਨੇਸ਼ਨ ਜੀ ਜੀ ਕਿ ਅਸੀਂ ਕੌਮ ਦੇ ਲਈ ਕੀ ਕਰ ਰਹੇ ਹਾਂ ਅਸੀਂ ਨੇਸ਼ਨ ਦੇ ਲਈ ਕੀ ਕਰ ਰਹੇ ਹਾਂ ਸੋ ਮੈਂ ਸਮਝਦਾ ਹਾਂ ਵੀ ਇਹੀ ਸਵਾਲ ਸਾਡੇ ਸਾਰਿਆਂ ਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ਭਾਈ ਕੌਮ ਸਾਡੀ ਹੈ ਗੁਰੂ ਨੇ ਸਰਬੰਸ ਕੁਰਬਾਨ ਕੀਤਾ ਹੈ ਅੱਜ ਜਿਹੜੇ ਲੱਖ ਡੇਢ ਲੱਖ ਆਪਣੀਆਂ ਜਾਨਾਂ ਦੇ ਕੇ ਕੌਮ ਦੇ ਲਈ ਆਪਣਾ ਘਰ-ਬਾਰ ਆਪਣੇ ਵਸਤੇ ਰਸਤੇ ਪਰਿਵਾਰਾਂ ਨੂੰ ਛੱਡ ਕੇ ਆਜ਼ਾਦੀ ਦੇ ਪਰਵਾਨੇ ਬਣੇ ਜੀ ਸੋ ਉਹਨਾਂ ਦੇ ਸਾਹਮਣੇ ਵੀ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਸੁਆਦ ਸਨ ਜਿਵੇਂ ਸਾਡੇ ਸਾਹਮਣੇ ਨੇ ਜੀ ਪਰ ਉਹਨਾਂ ਨੇ ਕੌਮੀ ਅਣਖ ਕੌਮੀ ਆਨ ਕੌਮੀ ਪਵਿੱਖ ਕੌਮ ਦੇ ਕੱਲ ਦੇ ਲਈ ਆਪਣਾ ਅੱਜ ਦਿੱਤੇ ਜੀ ਤੇ ਅੱਜ ਜੇ ਸਾਡੇ ਕੋਲ ਅੱਜ ਹੈ ਤੇ ਅਸੀਂ ਆਪਣੇ ਬੈਸਟ ਚੋਂ ਕੋਈ ਥੋੜਾ ਵੀ ਨਾ ਦੇ ਸਕੀਏ ਜੀ ਕੱਲ ਹੀ ਕੁਝ ਇਸਲਾਮਿਕ ਸਕਾਲਰ ਵੀ ਬੈਠੇ ਸੀ ਤਾਂ ਗੱਲ ਚੱਲ ਰਹੀ ਸੀ ਉਹਨਾਂ ਦੇ ਆਪਸੀ ਫਿਰਕਿਆਂ ਦੀ ਵੰਡ ਦੀ ਕਿ ਉਹ ਕਿੰਨਾ ਹਿੱਸਾ ਦੰਦਦਾ ਜਿਵੇਂ ਅਹਿਮਦੀਆਂ ਦਾ ਜ਼ਿਕਰ ਹੋਇਆ ਕਿ ਉਹ 5% ਆਪਣੀ ਕਮਾਈ ਦਾ ਦੰਦੇ ਨੇ ਜੀ ਕਿਸੇ ਵੀ ਧਰਮ ਅਰਥ ਲਈ ਤਾਂ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਇਸਲਾਮ ਚ ਕੀ ਹੈ ਤਾਂ ਉਹਨਾਂ ਨੇ ਸ਼ਾਇਦ 2% ਕਿਹਾ ਜੀ ਜੀ ਤੇ ਮੈਂ ਉਹਨਾਂ ਨੂੰ ਕਿਹਾ ਜੀ ਸਾਡੇ ਗੁਰੂ ਸਾਹਿਬਾਨ ਨੇ ਦਸਵੰਦ 10% ਤੇ ਉਹ ਸਾਰੇ ਜਿਹੜੇ ਚਾਰ ਪੰਜ ਸੀ ਕਹਿੰਦੇ 10% ਮੈਂ ਕਿਹਾ ਜੀ ਹਾਂ ਇਹ ਗੁਰੂ ਸਾਹਿਬ ਦਾ ਹੁਕਮ ਹੈ ਸਾਨੂੰ ਕਿ ਅਸੀਂ ਆਪਣੀ ਕਮਾਈ ਦਾ 10% ਜਿਹੜਾ ਉਹ ਸਕਾਰਥਾ ਭਲੇ ਕੰਮਾਂ ਲਈ ਦੇਣਾ ਔਰ ਉਹਦੇ ਲਈ ਮੈਂ ਉਹਨਾਂ ਨੂੰ ਕੋਟ ਕੀਤਾ ਮੈਂ ਕਿਹਾ ਜੀ ਦਸਵੇਂ ਪਾਤਸ਼ਾਹ ਨੇ ਅੱਗੋਂ ਇਹ ਵੀ ਫਰਮਾਇਆ ਹੋਇਆ ਹੈ ਕਿ ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਣੋ ਇਹਦਾ ਮਤਲਬ ਸਿਰਫ ਗੁਰਦੁਆਰੇ ਬਣਾਉਣ ਤੱਕ ਮ hạnੂਦ ਨਹੀਂ ਹੈ ਵੀ ਜਿਹੜੀ ਗਰੀਬ ਦੀ ਗਰੀਬ ਹੈ ਉਹਦੇ ਮੂੰਹ 'ਚ ਅੰਨ ਪਾਉਣਾ ਇਹ ਸਮਝੋ ਕਿ ਗੁਰੂ ਦੀ ਗੋਲਕ 'ਚ ਪੈਸੇ ਪਹੁੰਚ ਗਏ ਸੋ ਸਾਡਾ ਤਾਂ ਇੰਨਾ ਬ੍ਰਾਡਰ ਪਾਰਟ ਔਰ ਮੈਂ ਦੇਖ ਸਕਦਾ ਸੀ ਵੀ ਉਹਨਾਂ 'ਚ ਕਿੰਨੀ ਹੈਰਾਨੀ ਸੀ ਤੁਸੀਂ ਮੈਂ ਕਈ ਵਾਰੀ ਸੋਚਦਾ ਹਾਂ ਵੀ ਚਲੋ ਮੈਂ ਫਖਰ ਨਾਲ ਕਿਹਾ ਕਿਉਂਕਿ ਗੁਰੂ ਦਾ ਹੁਕਮ ਹੈ ਉਹਨਾਂ ਨੂੰ ਵੀ ਲੱਗਿਆ ਵੀ ਸਿੱਖੀ ਤਾਂ ਉਸ ਤੋਂ ਅੱਗੇ ਹੈ ਜੀ ਜੀ ਪਰ ਮੈਂ ਫਿਰ ਘਰ ਆ ਕੇ ਆਪਣੇ ਆਪ ਨੂੰ ਪੁੱਛਿਆ ਕਿ ਵੀ ਜੇ ਵਾਕਈ ਅਸੀਂ 1/10 ਜਾਂ ਦਸਵੰਦ ਦੰਦੇ ਹੁੰਦੇ ਜਾਂ ਦੰਦੇ ਹੋਈਏ ਜੀ ਜੀ ਤਾਂ ਕਿੰਨੇ ਚੰਗੇ ਪ੍ਰੋਜੈਕਟ ਕੌਮ ਦੇ ਭਲੇ ਦੇ ਬੰਦ ਹੋ ਜਾਂਦੇ ਨੇ ਅੱਜ ਅਸੀਂ ਸ਼ਹੀਦ ਪਰਿਵਾਰਾਂ ਦੀ ਮਦਦ ਦੇ ਹਵਾਲੇ ਨਾਲ ਗੱਲ ਕਰਦੇ ਆਂ ਐਜੂਕੇਸ਼ਨ ਦੇ ਹਵਾਲੇ ਨਾਲ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਜਿਸ ਕਿਸਮ ਦਾ ਵਿਚਾਰੇ ਗਰੀਬ ਸੇ ਕਿਸਾਨ ਜਿਹੜੇ ਨੇ ਉਹ ਆਤਮਕਾਤ ਤੇ ਮਜਬੂਰ ਹੁੰਦੇ ਨੇ ਉਹਨਾਂ ਸਮੱਸਿਆਵਾਂ ਦੀ ਗੱਲ ਕਰਦੇ ਆ 28 ਮਿਲੀਅਨ ਸੇ ਕੌਮ ਜਿਸ ਦਾ ਲਗਭਗ ਅੱਧਾ ਜੇ ਅਧੇਕ ਬੱਚੇ ਵੀ ਕੱਢ ਲਓ ਬਿਲੋ 18 ਜਿਹੜੇ ਕਿ ਕਮਾਊ ਨੇ ਦੁਨੀਆ ਪਰ ਚ ਬੈਠੇ ਨੇ ਅਸੀਂ ਹੋਰ ਕੁਛ ਨਾ ਕਰੀਏ ਨੌ ਹਿੱਸੇ ਆਪਣੀ ਜ਼ਿੰਦਗੀ ਲਈ ਰੱਖ ਲਈਏ ਦਸਵਾ ਹਿੱਸਾ ਗੁਰੂ ਦੇ ਨਾਂ ਤੇ ਭਲੇ ਕੰਮਾਂ ਦੇ ਲਈ ਕੌਮ ਦੀ ਅਪਲਿਫਟ ਲਈ ਦਈਏ ਜੀ ਤੇ ਅਸੀਂ ਕਿੱਥੇ ਦੇ ਕਿੱਥੇ ਹੋਈਏ ਮੈਂ ਬਿਲਕੁਲ ਪੰਜੀ ਹਰ ਸਿਮਰਨ ਕੌਰ ਉਹਾਂ ਦੀ ਗੱਲਾਂ ਨਾਲ ਸਹਿਮਤ ਆ ਇਹਨੂੰ ਐਂਡਰਸ ਕਰਦੇ ਆ ਕਿ ਸਾਨੂੰ ਕੁਝ ਪ੍ਰੈਕਟੀਕਲ ਕਰਨ ਦੀ ਲੋੜ ਹੈ ਔਰ ਉਹਦੇ ਵਿੱਚ ਕੋਈ ਜ਼ਰੂਰੀ ਨਹੀਂ ਤੁਹਾਨੂੰ ਕੋਈ ਲਾਈਨ ਨਹੀਂ ਪਸੰਦ ਕਿਸੇ ਦੀ ਵਿਚਾਰਧਾਰਾ ਨਹੀਂ ਪਸੰਦ ਤੁਹਾਨੂੰ ਖਾਲਸਾ ਤੋਂ ਡਰ ਲੱਗਦਾ ਹੈ ਤੁਹਾਨੂੰ ਚਲੋ ਭਾਈ ਕਨਈਆ ਦੇ ਰਸਤੇ ਤੇ ਤੁਰ ਪੋ ਜੀ ਉਸ ਤੋਂ ਵੀ ਲੱਗਦਾ ਹੈ ਕਿ ਭਾਈ ਸੇਵਾ ਜਿਹੜੀ ਹੈ ਔਖੀ ਹੈ ਕਲਮ ਚੋਕਲੋ ਪਾਈ ਨੰਦ ਲਾਲ ਜੀ ਦਾ ਰਸਤਾ ਚੋਣ ਲਓ ਸਾਰੇ ਆਨੰਦਪੁਰ ਦੇ ਵਾਸੀ ਨੇ ਜੀ ਜੀ ਗੁਰੂ ਨੂੰ ਰਜਾਣਾ ਹੀ ਮੂਲ ਹੈ ਹਰ ਕੋਈ ਜਿਸ ਤਰੀਕੇ ਦੇ ਨਾਲ ਵੀ ਪੰਥ ਦੀ ਸੇਵਾ ਕਰ ਸਕਦਾ ਹੈ ਹੋਰ ਕੁਝ ਨਹੀਂ ਕਰ ਸਕਦਾ ਵਿਰੋਧਤਾ ਹੀ ਬੰਦ ਕਰ ਦਿਓ ਜੀ ਜੀ ਬਿਲਕੁਲ ਸੋ ਮੈਂ ਧੰਨਵਾਦ ਕਰਦੇ ਆਂ ਭੈਣ ਜੀ ਦਾ ਕਿ ਉਹਨਾਂ ਨੇ ਜਿਹੜਾ ਤੀਰ ਹੈ ਉਹ ਬਿਲਕੁਲ ਟਿਕਾਣੇ ਮਾਰਿਆ ਵੀ ਗੱਲਾਂ ਗੁੱਲਾਂ ਦਾ ਕਰੀ ਜਾਂਦੇ ਅਸੀਂ ਵੀ ਉਹ ਵੀਰ ਸਾਡੇ ਲਿਖਦੇ ਨੇ ਅਸੀਂ ਵੀ ਪੜ੍ਹਦੇ ਨੇ ਪਰ ਗੱਲ ਅਲਟੀਮੇਟਲੀ ਚੇਂਜ ਉਦੋਂ ਹੀ ਹੋਏਗੀ ਕਿ ਜਿਹੜਾ ਜਿੱਥੇ-ਜਿੱਥੇ ਬੈਠਾ ਹੈ ਉਹ ਆਪਣਾ ਫਰਜ਼ ਪਛਾਣੇ ਜੀ ਔਰ ਕੁਝ ਪ੍ਰੈਕਟੀਕਲੀ ਇਸ ਪਾਸੇ ਲਈ ਕਰੇ ਜੀ ਡਾਕਟਰ ਸਾਹਿਬ ਸਾਡਾ ਸਾਡੀ ਅਗਲੀ ਈਮੇਲ ਟ੍ਰਾਂਟੋ ਕੈਨੇਡਾ ਤੋਂ ਵੀਰ ਚਰਨਜੀਤ ਸਿੰਘ ਜੀ ਦੀ ਹੈ ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਹਫ਼ਤੇ ਪਹਿਲਾਂ ਤੱਕ ਟੀਵੀ 84 ਫੋਨ ਨੰਬਰ 16054756879 ਤੇ ਸੁਨਿਆ ਜਾ ਸਕਦਾ ਸੀ ਪਰ ਹੁਣ ਨਹੀਂ ਕੀ ਕੋਈ ਹੋਰ ਨੰਬਰ ਹੈ ਜਿਸ ਤੇ ਇਹ ਸੁਨਿਆ ਜਾ ਸਕੇ ਦੂਜਾ ਮੈਂ ਇੱਕ ਨੁਕਤੇ ਬਾਰੇ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਹਾਂ ਤੁਹਾਨੂੰ ਮੈਂ ਘਟੋ ਘਟ ਦੋ ਵਾਰੀ ਟੀਵੀ ਤੇ ਕਹਿੰਦੇ ਸੁਨਿਆ ਹੈ ਕਿ ਟਾਈਮ ਅਤੇ ਸਪੇਸ ਰੱਬ ਦੇ ਹੱਦ ਸੌਰੀ ਹੱਥ ਵਿੱਚ ਹੁੰਦੇ ਹਨ ਹੋ ਸਕਦਾ ਹੈ ਤੁਸੀਂ ਠੀਕ ਹੋਵੋ ਪਰ ਇਹਨਾਂ ਦੋਵਾਂ ਦੀ ਵਿਚਾਰ ਬੰਦਾ ਕਰ ਜ਼ਰੂਰ ਸਕਦਾ ਹੈ ਗੁਰਬਾਣੀ ਦਾ ਹੀ ਫਰਮਾਨ ਹੈ ਵਕਤ ਵਿਚਾਰੇ ਸੋ ਬੰਦਾ ਹੋਈ ਕਾਸ਼ ਸਿੱਖਾਂ ਨੇ ਇਹਨਾਂ ਦੋਵਾਂ ਦੀ ਵਿਚਾਰ ਕੀਤੀ ਹੁੰਦੀ ਤੇ ਅੱਜ ਸਾਡਾ ਇਹ ਹਾਲ ਨਾ ਹੁੰਦਾ ਜੋ ਅੱਜ ਹੈ ਦੋਵਾਂ ਦੀ ਇੱਕ ਇੱਕ ਉਦਾਹਰਨ ਦਿੰਦਾ ਹਾਂ ਜਿਸ ਬਰਾਮਾਂ ਦੀ ਜੰਗ ਸਿੱਖ ਦਰਿਆ ਪਾਰ ਕਰਕੇ ਜਾਨ ਦੇ ਬਜਾਏ ਅੰਗਰੇਜ਼ਾਂ ਦੀ ਉਸ ਪਾਰ ਜਾ ਕੇ ਲੜਨ ਦੀ ਉਡੀਕ ਕਰਦੇ ਤਾਂ ਸ਼ਾਇਦ ਜੰਗ ਦਾ ਨਤੀਜਾ ਕੁਝ ਹੋਰ ਨਿਕਲਦਾ ਐਸੇ ਤਰ੍ਹਾਂ ਸਿੱਖਾਂ ਨੇ ਭਾਰਤ ਦਾ ਸੰਵਿਧਾਨ 1947 ਦੀ ਵੰਟੋਂ ਬਾਅਦ ਜੇ ਦੇ ਬਜਾਏ ਪਹਿਲਾਂ ਬਣਾਉਣ ਤੇ ਜ਼ੋਰ ਦਿੱਤਾ ਹੁੰਦਾ ਤਾਂ ਅੱਜ ਘਟ ਗਿੰਦਿਆਂ ਦਾ ਉਹ ਹਾਲਾ ਨਾ ਹੁੰਦਾ ਜੋ ਅੱਜ ਹੈ ਪਿੱਛੇ ਤੇ ਜੋ ਹੋ ਗਿਆ ਸੋ ਹੋ ਗਿਆ ਅਸੀਂ ਹੁਣ ਹੀ ਕੁਝ ਸਬਕ ਸਿੱਖ ਲਈਏ ਜੇ ਸਿੱਖ ਖਲਸਾ ਚਾਹੁੰਦੇ ਹਨ ਤਾਂ ਹੁਣ ਵਕਤ ਰਹਿੰਦੇ ਇਸ ਦਾ ਸੰਵਿਧਾਨ ਬਣਾ ਕੇ ਦੁਨੀਆ ਅੱਗੇ ਪੇਸ਼ ਕਰਨਾ ਚਾਹੀਦਾ ਹੈ ਤਾਂ ਕਿ ਸਭ ਨੂੰ ਪਤਾ ਲੱਗ ਸਕੇ ਕਿ ਸਾਡੀਆਂ ਕੀ ਕਦਰਾਂ ਕੀਮਤਾਂ ਹਨ ਹੋ ਸਕਦਾ ਹੈ ਇਸ ਤੋਂ ਪ੍ਰੇਰਿਤ ਹੋ ਕੇ ਭਾਰਤ ਦੇ ਲੋਕ ਹੀ ਆਪਣੀ ਸਰਕਾਰ ਨੂੰ ਮਜਬੂਰ ਕਰ ਦੇਣ ਕਿ ਸੰਵਿਧਾਨ ਵਿੱਚ ਪਰਵਰਤਨ ਕੀਤੇ ਜਾਣ ਅੱਗੇ ਬੇਨਤੀ ਹੈ ਮੈਂ ਹਰ ਤੁਹਾਡਾ ਪ੍ਰੋਗਰਾਮ ਨਹੀਂ ਵੇਖ ਸਕਦਾ ਜੇ ਤੁਸੀਂ ਇਸ ਪੱਤਰ ਨੂੰ ਆਪਣੇ ਵਿਚਾਰ ਦੇਣ ਦੇ ਕਾਬਿਲ ਸਮਝੋ ਤਾਂ ਇਸ ਦਾ ਲਿੰਕ ਮੈਨੂੰ ਈਮੇਲ ਜਰੂਰ ਕਰ ਦੇਣਾ ਹਾਂ ਡਾਕਟਰ ਸਾਹਿਬ ਅ ਸਭ ਤੋਂ ਪਹਿਲਾਂ ਤਾਂ ਵੀਰ ਚਰਨਜੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਟ੍ਰਾਂਟੋ ਤੋਂ ਲਿਖੇ ਜੀ ਅ ਇਹ ਵੀਰ ਆਪ ਵੀ ਪੰਥਕ ਸਫਾਂ ਦੇ ਵਿੱਚ ਇਹਨਾਂ ਨੇ ਸੇਵਾ ਨਿਭਾਈ ਹੋਈ ਹੈ ਜੀ کافی ਲੰਬੇ ਅਰਸੇ ਤੋਂ ਇਹ ਸਾਰੇ ਸਿਨੇਰੀਓ ਨੂੰ ਜਿਹੜਾ ਕੌਮ ਦੀ ਤਰਾਸਤੀ ਏ ਜੀ ਉਹ ਸਾਰੇ ਤੋਂ ਪਲੀਪਾਂਤ ਜਾਣੂ ਨੇ ਔਰ ਇਹਨਾਂ ਦੇ ਬੜੇ ਮੌਲਿਕ ਵਿਚਾਰ ਨੇ ਜੀ ਇੱਕ ਵਾਰ ਮੈਨੂੰ ਇਹਨਾਂ ਨਾਲ 1 ਟੂ 1 ਵੀ ਮਿਲਣ ਦਾ ਮੌਕਾ ਮਿਲਿਆ ਮਿਸ਼ੀਗਨ ਸਟੇਟ ਜੀ ਔਰ ਇੱਕ ਬੜੇ ਸੋਚਵਾਨ ਗੁਰਸਿੱਖ ਨੇ ਜਿਹੜੇ ਭਾਵਕਤਾ ਤੋਂ ਉੱਪਰ ਉੱਠ ਕੇ ਕੌਮ ਦੇ ਮਸਲਿਆਂ ਨੂੰ ਤਰਕ ਦੇ ਆਧਾਰ ਦੇ ਉੱਤੇ ਵੀ ਜਿਹੜਾ ਵਿਚਾਰ ਦੇ ਨੇ ਜਿਨ੍ਹਾਂ ਦੀ ਜਿਹੜੇ ਵੀਰਪੈਣਾ ਬਹੁਤ ਘੱਟ ਨੇ ਅਸੀਂ ਭਾਵਕ ਪਹੁੰਚ ਹੈ ਜਾਂ ਤੇ ਜਾਂ ਬਿਲਕੁਲ ਨਕਾਰਾਤਮਕ ਹੈ 네ਗੇਟਿਵ ਹੈ ਕੰਡੈਮਨੇਬਲ ਜੀ ਜੀ ਹਰ ਇੱਕ ਨੂੰ ਬਣਾ ਦਿਓ ਕਿ ਨਖਿੱਦ ਹੈ ਜੀ ਜੀ ਅ ਪਹਿਲੀ ਗੱਲ ਤਾਂ ਉਹਨਾਂ ਨੇ ਜਦੋਂ ਇਹ ਦਿੱਤਾ ਹੈ ਫੋਨ ਨੰਬਰ ਰੇਡੀਓ ਨੰਬਰ ਜਿਹੜੇ ਤੋਂ ਸੁਣਿਆ ਜਾ ਸਕਦਾ ਸੀ ਮੋਸਟ ਲਾਈਕਲੀ ਇਹ ਬਾਦਸ਼ਾਹ ਜਾਂ ਬਾਗੀ ਦਾ ਹੋਏਗਾ ਮੈਂ ਕਿਉਂਕਿ ਉਹਨਾਂ ਨਾਲ ਸੰਪਰਕ ਨਹੀਂ ਕਰ ਸਕਿਆ ਚਾਹੀਦਾ ਤਾਂ ਅਸੀਂ ਵੀ ਮੈਂ ਕਰਕੇ ਜੀ ਜਵਾਬ ਦਿੰਦਾ ਪਰ ਇਹਨਾਂ ਦੀ ਕੁਇਕਲੀ ਮੈਂ ਪ੍ਰਿੰਟ ਕਰਕੇ ਈਮੇਲ ਆਂਦੀ ਜੀ ਤੇ ਮੈਂ ਸਰਟਨਲੀ ਇਨਕੁਆਇਰੀ ਜ਼ਰੂਰ ਕਰਾਂਗਾ ਕਿ ਭਈ ਕੀ ਕੋਈ ਟੈਕਨੀਕਲ ਪ੍ਰੋਬਲਮ ਹੈ ਜਾਂ ਕੋਈ ਹੋਰ ਕਾਰਨ ਹੈ ਕਿ ਇਹ ਨਹੀਂ ਹੋ ਰਿਹਾ ਇਸ ਤੋਂ ਬ੍ਰਾਡਕਾਸਟ ਜੀ ਜਿਹੜਾ ਵਿਚਾਰ ਇਹਨਾਂ ਨੇ ਦਿੱਤਾ ਇਹਨਾਂ ਨੇ ਸਾਡੇ ਇਸ ਕਥਨ ਨੂੰ ਜਾਂ ਸਾਡੀ ਕੋਟ ਨੂੰ ਟਾਈਮ ਐਂਡ ਸਪੇਸ ਮੈਂ ਅਕਸਰ ਇਹ ਮੇਰੇ ਮੂੰਹ ਤੇ ਚੜੇ ਹੋਏ ਸ਼ਬਦ ਨੇ ਜੀ ਦੇ ਇਤਿਹਾਸ ਤੇ ਕਾਲ ਇਹਨਾਂ ਦੀ ਮੈਂ ਅੰਗਰੇਜ਼ੀ ਟਾਈਮ ਐਂਡ ਸਪੇਸ ਕਰਦਾ ਜੀ ਜੀ ਇਹਨਾਂ ਨੂੰ ਮੈਂ ਹਮੇਸ਼ਾ ਕਹਿੰਦਾ ਵੀ ਇਹ ਅਕਾਲ ਪੁਰਖ ਦਾ ਮਹਿਕਮਾ ਹੈ ਇਹ ਅਕਾਲ ਪੁਰਖ ਦੇ ਕੋਲ ਹੈ ਜੀ ਉਹਨਾਂ ਨੇ ਇਹਨੂੰ ਆਧਾਰ ਬਣਾ ਕੇ ਫਿਰ ਗੁਰਬਾਣੀ ਦੀ ਕੋਰਟ ਵਖਤ ਵਿਚਾਰੇ ਸੋ ਬੰਦਾ ਹੋਏ ਇਹ ਕੋਰਟ ਕਰਕੇ ਕਿਹਾ ਵੀ ਅਲਟੀਮੇਟਲੀ ਤਾਂ ਬੰਦੇ ਨੇ ਹੀ ਕੋਈ ਕਨਕਲੂਡ ਕਰਨਾ ਹੈ ਸਿਰਫ ਰੱਬ ਤੇ ਤਾਂ ਨਹੀਂ ਛੱਡਿਆ ਜਾ ਸਕਦਾ ਜੀ ਔਰ ਉਹਦੇ ਲਈ ਉਹਨਾਂ ਨੇ ਦੋ ਗੱਲਾਂ ਜਿਹੜੀਆਂ ਨੇ ਇੱਕ ਬੀਤੇ ਇਤਿਹਾਸ ਦੀ ਸਭਰਾਵਾਂ ਦੀ ਜੰਗ ਜਿਹੜੀ ਕਿ ਸਿੱਖਾਂ ਨੇ ਸਤ루ਜ ਕ੍ਰੋਸ ਕੀਤਾ ਅੰਗਰੇਜ਼ਾਂ ਦੇ ਪਾਸੇ ਜਾ ਕੇ ਜੀ ਇਹਨਾਂ ਦਾ ਖਿਆਲ ਹੈ ਕਿ ਜੇ ਅਸੀਂ ਨਾ ਕ੍ਰੋਸ ਕਰਦੇ ਅੰਗਰੇਜ਼ ਆਉਂਦੇ ਤੇ ਜੰਗਾਂ ਦਾ ਜਿਹੜਾ ਨਤੀਜਾ ਹੈ ਉਹ ਡਿਫਰੈਂਟ ਹੁੰਦਾ ਜੀ ਤੇ ਦੂਸਰਾ ਇਹਨਾਂ ਨੇ ਕਰੰਟ 20ਵੀਂ ਸਦੀ ਦੇ ਵਿੱਚ ਜਿਹੜੀ ਸਿੱਖ ਲੀਡਰਸ਼ਿਪ ਹੈ ਜੇ ਇਹ ਇਨਸਿਸਟ ਕਰਦੀ ਕਿ ਸੰਵਿਧਾਨ ਜਿਹੜਾ ਪਹਿਲਾਂ ਬਣਨਾ ਚਾਹੀਦਾ ਹੈ ਜੀ ਫਿਰ ਸ਼ਾਇਦ ਅਸੀਂ ਇਸ ਸਟ੍ਰੈਪ ਦੇ ਵਿੱਚ ਨਾ ਫਸਦੇ ਜੀ ਜੀ ਦੇਖੋ ਇਹਨਾਂ ਦੋਨਾਂ ਗੱਲਾਂ ਦਾ ਟਕਰਾਅ ਨਹੀਂ ਹੈ ਜਦੋਂ ਅਸੀਂ ਹੁਣ ਗੁਰੂ ਨਾਨਕ ਸਾਹਿਬ ਦੇ ਅਸੀਂ ਉਹਨਾਂ ਸ਼ਬਦਾਂ ਨੂੰ ਪੜ੍ਹਦੇ ਆਂ ਸੁਣਦੇ ਆਂ ਜੀ ਜਿਹੜੇ ਉਹਨਾਂ ਨੇ ਜਦੋਂ ਬਾਬਰ ਨੇ ਹਮਲਾ ਕੀਤਾ ਐਮਨਾਬਾਦ ਸ਼ਹਿਰ ਦੇ ਵਿੱਚ ਤਬਾਹੀ ਕੀਤੀ ਜ਼ੁਲਮ ਕੀਤੇ ਜੀ ਔਰ ਗੁਰੂ ਸਾਹਿਬ ਨੇ ਇਤੀਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ ਜਾਂ ਪਾਪ ਕੀ ਜੰਜਲੇ ਕਾਬਲੋਂ ਤਾਇਆ ਜੂਰੀ ਮੰਗੇ ਦਾਨ ਵਿਲਾ ਲੋ ਜੀ ਉਹ ਸਾਰੀ ਤੇਰਨੀ ਦੀ ਜ਼ੁਲਮ ਦੀ ਗੱਲ ਕੀਤੀ ਪੀੜ ਦੀ ਗੱਲ ਕੀਤੀ ਕਰਣਾ ਦੀ ਗੱਲ ਕੀਤੀ ਪਰ ਜਦੋਂ ਤੁਸੀਂ ਉਸ ਸਾਰੇ ਨੂੰ ਪੜਦੇ ਹੋ ਤੇ ਫਿਰ ਅਲਟੀਮੇਟਲੀ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੂਰੀ ਵਿੱਚ ਆਖ ਮਸੋਲਾ ਜਿਨ ਉਪਾਈ ਰੰਗ ਰਵਾਈ ਬੈਠਾ ਵੇਖੈ ਵਖ ਅਕੇਲਾ ਸਚਾ ਸੋ ਸਾਹਿਬ ਸਚ ਸਮਾਵਸ ਸਚੜਾ ਨਿਆਉ ਕਰੇਗ ਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੋਸਤਾਨ ਸਮਾਲ ਸੀ ਬੋਲਾ ਆਵਣ 78 ਹੈ ਜਾਣ 97 ਹੋਰ ਵੀ ਉੱਤਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਹੁਣ ਜਿਹੜੀਆਂ ਪਹਿਲੀਆਂ ਲਾਈਨਾਂ ਨੇ ਉਹ ਇਨਫੈਕਟ ਆਨਸਰ ਹੈ ਇਸ ਗੱਲ ਦਾ ਜੀ ਕਿ ਹੁਣ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਮੈਂ ਇਸ ਮਾਸਪੁਰੀ ਦੇ ਵਿੱਚ ਜਿੱਥੇ ਚਾਰਜ ਫੇਰਾ ਮਾਸ ਦੀ ਦੁਰਗੰਧ ਹੈ ਜੀ ਮੈਂ ਮਸਲੇ ਦੀ ਗੱਲ ਕਹਾਵਾਂਗਾ ਮਾਸਪੁਰੀ ਵਿੱਚ ਆਖ ਮਸੋਲਾ ਜਿੰਨ ਉਪਾਈ ਰੰਗ ਰਵਾਈ ਬੈਠਾ ਵੇਖਿਆ ਵਕ ਇਕੇਲਾ ਜੀ ਕਿ ਹੁਣੇ ਜਿਹੜੀ ਰੰਗਾਂ ਵਿੱਚ ਫੱਸੀ ਖਲਕਤ ਹੈ ਜਿਹਨੂੰ ਇੱਕ ਹੋਰ ਜ਼ਾਲਮ ਸਜ਼ਾ ਦੇਣ ਆਇਆ ਹੈ ਜੀ ਉਹ ਨਿਰੰਕਾਰ ਇਹਨਾਂ ਦੇ ਵਿੱਚ ਇਹਨਾਂ ਨੂੰ ਰੰਗ ਦੇ ਵਿੱਚ ਰਵਾਇਆ ਹੋਇਆ ਤੇ ਆਪ ਇੱਕ ਅੱਡ ਹੋ ਕੇ ਇਸ ਸਾਰੇ ਨੂੰ ਦੇਖ ਰਿਹਾ ਹੈ ਸੱਚਾ ਸੁਆਹਬ ਸੱਚ ਸਮਾਵ ਸੱਚਾ ਨਿਆਂ ਕਰੇ ਇੱਕ ਮਸੂਲਾ ਕਿ ਅਲਟੀਮੇਟਲੀ ਵਿਲ ਆਫ ਦਾ ਲਾਰਡ ਵਿਲ ਆਫ ਦਾ ਗੁਰੂ ਵਿਲ ਆਫ ਦਾ ਗੋਡ ਇਹੀ ਪਰਵੇਲ ਕਰੇਗੀ ਔਰ ਉਹਦੇ ਚੋਂ ਤਬਾਈ ਹੋਏਗੀ ਜਾਂ ਜਿਹੜੀ ਗੱਲ ਹੋਈ ਜਿਹੜੀ ਗੱਲ ਮੈਂ ਸਮਝਦਾ ਇਹ ਗੱਲ ਟਾਈਮਿੰਟਸ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਇਨ ਦਾ ਐਂਡ ਅਕਾਲ ਪੁਰਖ ਹੀ ਫਾਈਨਲ ਹੈ ਜਿਹਦੇ ਕੋਲ ਉਹ ਤਾਂ ਸਾਰੀਆਂ ਸਭਿਅਤਾਵਾਂ ਸਾਰੀ ਸ੍ਰਿਸ਼ਟੀ ਖਿਲਾਰਦਾ ਤੇ ਫਿਰ ਉਸ ਨੂੰ ਸਿਮਟ ਲੈਂਦਾ ਹੈ ਜੀ ਹੈ ਨਹੀਂ ਕਦੇ ਕਦੇ ਉਹ ਫੁੱਲ ਕੇ ਬੈਠਦਾ ਹੈ ਤੇ ਕਦੇ ਉਹ ਸਿਮਟ ਜਾਂਦਾ ਅਸੀਂ ਪੜਦੇ ਹਾਂ ਚੁਪੈਚ ਪੜਦੇ ਹਾਂ ਜੀ ਜੀ ਹੁਣ ਉਸ ਦਾ ਟਕਰਾ ਨਹੀਂ ਹੈ ਇਸ ਗੱਲ ਦੇ ਨਾਲ ਕਿ ਵੀ ਵਿਵੇਕ ਨਾ ਹੋਏ ਬੰਦੇ 'ਚ ਵਿਚਾਰ ਨਾ ਹੋਏ ਇਹ ਗੱਲ ਵੀ ਸਮਝਾਈ ਭਾਵੇਂ ਉਹ ਪੋਲਿਟਿਕਲ ਈਡੀਅਮ ਚ ਹੈ ਭਾਵੇਂ ਸਪਿਰਚੁਅਲ ਈਡੀਅਮ ਚ ਹੈ ਕਿ ਵੀ ਤੁਸੀਂ ਜੇ ਸਿਆਣਪ ਤੋਂ ਕੰਮ ਨਹੀਂ ਲਾਓਗੇ ਅਖਲ ਤੋਂ ਕੰਮ ਨਹੀਂ ਲਾਓਗੇ ਵਿਚਾਰ ਦਾ ਸਹਾਰਾ ਨਹੀਂ ਲਾਓਗੇ ਤਾਂ ਫਿਰ ਜਿਵੇਂ ਕਬੀਰ ਸਾਹਿਬ ਦਾ ਇਹ ਫਰਮਾਨ ਹੈ ਕਿ ਹਾਥ ਦੀਪ ਕੂਏ ਪਰੇ ਕਿ ਹਾਥ ਚ ਦੀਵਾ ਹੈ ਤ ਖੂਚ ਡਿਗ ਪੈ ਤੇ ਕਬੀਰ ਮਨ ਜਾਣਤ ਸਭ ਬਾਤ ਜਾਣਤ ਹੀ ਓਗਣ ਕਰੇ ਹੁਣ ਇਹਦੇ ਦੋ ਕੈਟਾਗਰੀਜ਼ ਨੇ ਇੱਕ ਉਹ ਨੇ ਜਿਹੜੇ ਵਿਵੇਕਹੀਨ ਹੋ ਕੇ ਗਲਤ ਫੈਸਲੇ ਲੈਂਦੇ ਨੇ ਜਿਵੇਂ ਆਖਾਦੀ ਲੀਡਰਸ਼ਿਪ ਨੇ ਲਏ ਇੱਕ ਉਹ ਕਲਾਸ ਹੈ ਜਿਹੜੀ ਜਾਣਬੁੱਝ ਕੇ ਡਬੋਂਦੀ ਹੈ ਜਿਵੇਂ ਬਾਦਲ ਵਰਗੇ ਨੇ ਖੁਦਗਰਜ਼ ਨੇ ਸੋ ਇਹਨਾਂ ਦੀ ਪਛਾਣ ਕਰਨਾ ਇਹਨਾਂ ਨੂੰ ਆਈਡੈਂਟੀਫਾਈ ਕਰਨਾ ਵਿਚਾਰ ਕਰਕੇ ਆਪਣੇ ਭਵਿੱਖ ਨੂੰ ਬਣਾਉਣ ਦਾ ਸੋਚਣਾ ਇਹ ਬੜਾ ਜ਼ਰੂਰੀ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਜੇ ਅਸੀਂ ਕਹਿੰਨੇ ਆਂ ਦੇਸ਼ਕਾਲ ਜਿਹੜਾ ਆਕਾਲਪੁਰਖ ਦੇ ਹੱਥਾਂ ਦੇ ਅਸੀਂ ਫੇਟਲਿਸਟ ਹੈ ਜਾਂ ਅਸੀਂ ਫੇਟ 'ਚ ਯਕੀਨ ਰੱਖਦੇ ਆਂ ਜੀ ਜੋ ਰੱਬ ਕਰੇਗਾ ਉਹ ਨਹੀਂ ਉੱਥੇ ਬੁੱਧੀ ਵਿਚਾਰ ਦੇ ਲਈ ਦਿੱਤੀ ਹੈ ਗਲਤ ਔਰ ਠੀਕ ਦੀ ਵਿਚਾਰ ਜਿਹੜੀ ਹੈ ਉਹ ਬੁੱਧੀ ਨੇ ਕਰਨੀ ਹੈ ਔਰ ਜਿਹੜੀਆਂ ਕੌਮਾਂ ਇਸ ਵਿਚਾਰ ਤੋਂ ਦੂਰ ਹੁੰਦੀਆਂ ਨੇ ਉਹ ਅਲਟੀਮੇਟਲੀ ਤਬਾਹੀ ਵੱਲ ਜਾਂਦੀਆਂ ਨੇ ਖੂਚ ਡਿੱਗਦੀਆਂ ਨੇ ਖਵਾਰ ਹੁੰਦੀਆਂ ਨੇ ਜੀ ਜੀ ਔਰ ਇਹਦੇ ਦੋਨੋਂ ਹੀ ਜਿਹੜੀਆਂ ਉਦਾਹਰਣਾਂ ਨੇ ਇਹਨਾਂ ਦੀਆਂ ਬਿਲਕੁਲ ਠੀਕ ਨੇ ਤੇ ਜਿਹੜਾ ਪਾਰਟ ਇਹਨਾਂ ਨੇ ਅਖੀਰ 'ਚ ਕਿਹਾ ਵੀ ਖਾਲਸਤਾਨ ਦੇ ਸੰਵਿਧਾਨ ਦਾ ਉਹਦੇ ਬਾਰੇ ਮੈਂ ਥੋੜਾ ਜਿਹਾ ਡਿਫਰ ਕਰ ਦਾਂ ਜੀ ਜੀ ਕਿ ਮੈਂ ਇਹ ਸਮਝਦਾ ਹਾਂ ਵੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਜਿਹੜੀ ਹੈ ਉਹ ਆਜ਼ਾਦੀ ਲਈ ਲੜ ਰਹੀਆਂ ਕੌਮਾਂ ਦਾ ਡਾਕੂਮੈਂਟ ਹੁੰਦਾ ਹੈ ਜੀ ਕਨਸਟੀਟਿਊਸ਼ਨ ਜਿਹੜਾ ਹੈ ਉਹ ਆਜ਼ਾਦ ਕੌਮਾਂ ਉਸ ਦੇਸ਼ ਦੇ ਸ਼ਹਿਰੀ ਆਪਸ ਦੇ ਵਿੱਚ ਵਿਚਾਰ ਦੇ ਨਾਲ ਚਰਚਾ ਦੇ ਨਾਲ ਆਪਸੀ ਡਿਸਕਸ਼ਨ ਦੇ ਨਾਲ ਕੰਸੈਂਸਸ ਦੇ ਨਾਲ ਬਣਾਉਂਦੇ ਨੇ ਜੀ ਸੋ ਲੇਕਿਨ ਇਨਾ ਦਾ ਇਸਪਿਰਿਟ ਆਫ ਦਾ ਆਰਗੂਮੈਂਟ ਬਿਲਕੁਲ ਠੀਕ ਹੈ ਕਿ ਸਾਨੂੰ ਆਪਣਾ ਮਾਡਲ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰੈਜੈਂਟ ਕਰਨਾ ਚਾਹੀਦਾ ਹੈ ਉਹਦੇ ਲਈ ਸੰਵਿਧਾਨ ਸ਼ਬਦ ਤਾਂ ਮੈਂ ਨਹੀਂ ਕਹਾਂਗਾ ਮੈਂ ਸਮਝਦਾ ਵੀ ਆਦਰਵਾਇਜ਼ ਕੋਈ ਮਿਸ਼ਨ ਸਟੇਟਮੈਂਟ ਇਸ ਲਾਈਨ ਤੇ ਹੋ ਸਕਦੀ ਹੈ ਜੀ ਡਾਕਟਰ ਸਾਹਿਬ ਇਥੇ ਲੈਣੇ ਇੱਕ ਛੋਟਾ ਜਿਹਾ ਬ੍ਰੇਕ ਵਿਅਰਸ ਵਿਚਾਰਨਾ سلسلہ ਇਸ ਤਰ੍ਹਾਂ ਜਾਰੀ ਰਹੇਗਾ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ